ਸੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਿਤ ਗੁਰੂ ਕੇ ਬਾਗ ਵਿਖੇ ਅੱਜ 2000 ਬੂਟਾ ਜਿਹੜਾ ਹੈ ਉਹ ਲਾਇਆ ਜਾ ਰਿਹਾ ਹੈ, ਔਰ ਜਿਹਦੇ ਵਿੱਚ ਤਕਰੀਬਨ 400 ਕਿਸਮਾਂ ਦੇ ਜਿਹੜੇ ਨੇ ਸਾਡੇ ਗੁਲਾਬ ਦੇ ਫੁੱਲ ਹੋਣਗੇ, ਚੰਦਨ ਦੇ ਹੋਣਗੇ, ਹੋਰ ਛੋਟੇ ਵੱਡੇ ਜਿਹੜੇ ਬੂਟੇ ਲਾਏ ਜਾਣਗੇ। ਇਹਦੇ ਨਾਲ ਜਿੱਥੇ ਸਾਡਾ ਇਹ ਗੁਰੂ ਕਾ ਬਾਗ ਹਰਿਆ ਭਰਿਆ ਹੋਏਗਾ ਉਹਦੇ ਨਾਲ ਸਾਡੀ ਸੁੰਦਰਤਾ ਦੇ ਵਿੱਚ ਵੀ ਵਾਧਾ ਹੋਵੇਗਾ, ਔਰ ਨਾਲ ਸਾਡਾ ਵਾਤਾਵਰਨ ਦੀ ਜਿਹੜੀ ਸਵੱਸਥਾ ਰੱਖਣ ਦੇ ਲਈ ਵੀ, ਔਰ ਇਹ ਜਿਹੜੇ ਬੂਟੇ ਨੇ ਉਹ ਸਹਾਈ ਹੋਣਗੇ। ਕਿੰਨੇ ਪ੍ਰਕਾਰ ਦੇ ਬੂਟੇ ਲਾਏ ਗਏ? ਇਹ ਤਕਰੀਬਨ 400 ਕਿਸਮਾਂ ਦੇ ਗੁਲਾਬ ਦੇ ਬੂਟੇ ਲਾਏ ਗਏ ਨੇ, ਇਸੇ ਤਰ੍ਹਾਂ ਚੰਦਨ ਦੇ ਬੂਟੇ ਹੋਣਗੇ ਅਤੇ ਹੋਰ ਵੱਡੇ ਛੋਟੇ ਬੂਟੇ ਹੋਣਗੇ। ਇਹ ਤਕਰੀਬਨ 2000 ਬੂਟਾ ਇਸ ਬਾਗ ਦੇ ਵਿੱਚ ਲਾਇਆ ਜਾਏਗਾ। ਫਤਿਹ। ਅੱਜ ਜਿਹੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਿਤ ਗੁਰੂ ਕਾ ਬਾਗ ਆ, ਜੋ ਮੰਜੀ ਸਾਹਿਬ ਦੀਵਾਨ ਹਾਲ ਅਤੇ ਲੰਗਰ ਹਾਲ ਜੋ ਹੈ ਉਹਦੇ ਦਰਮਿਆਨ ਸੁਭਾਈਮਾਨ ਆ। ਪੁਰਾਤਨ ਇਹ ਗੁਰੂ ਕਾ ਬਾਗ ਹੈ, ਇਹਨੂੰ ਹੋਰ ਸੋਹਣੀ ਦਿੱਖ ਦੇਣ ਵਾਸਤੇ ਅੱਜ 400 ਕਿਸਮ ਦਾ 400 ਤਰ੍ਹਾਂ ਦੀ ਵਰਾਇਟੀ ਦੇ ਜਿਹੜੇ ਆ ਗੁਲਾਬ ਲਾਏ ਗਏ। ਇਹਦੇ ਵਿੱਚ ਚੰਦਨ ਦੇ ਬੂਟੇ ਵੀ ਲਾਏ ਗਏ ਨੇ, ਜੋ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਲੈ ਕੇ ਆਏ ਨੇ, ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਮੈਂਬਰ ਸ਼੍ਰੋਮਣੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਜੀ ਮਹਿਤਾ ਅਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਹਾਜ਼ਰੀ ਦੇ ਵਿੱਚ ਇਹ ਬੂਟੇ ਜਿਹੜੇ ਅੱਜ ਲਾਏ ਗਏ। ਬਹੁਤ ਵਧੀਆ, ਬਹੁਤ ਸੋਹਣਾ ਸੁੰਦਰ ਗਾਰਡਨ ਜਿਹੜਾ ਵਾ ਉਹ ਜਿਹੜਾ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਬਣ ਕੇ ਜਿਹੜਾ ਉਹ ਤਿਆਰ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।